ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਵਿੱਚ ਮੇਅਰ ਦੇ ਇਲੈਕਸ਼ਨ ਹੈ, 18 ਤਰੀਕ ਨੂੰ ਇਲੈਕਸ਼ਨ ਹੈ। ਇਹ ਇਲੈਕਸ਼ਨ ਇਸ ਵਾਰੀ ਬੜੇ ਇੰਪੋਰਟੈਂਟ ਹੈਗੇ ਆ, ਕਿਉਂਕਿ ਇਸ ਤੋਂ ਬਾਅਦ ਲੋਕ ਸਭਾ ਦੇ ਇਲੈਕਸ਼ਨ ਹੈ ਔਰ ਇਹ ਸਮਝਿਆ ਜਾ ਰਿਹਾ ਵੀ ਮੇਅਰ ਜਿਹੜੀ ਪਾਰਟੀ ਦਾ ਬਣੇਗਾ ਉਸੀ ਪਾਰਟੀ ਦੀ ਜਿਹੜੀ ਹੈ ਲੋਕ ਸਭਾ ਵਿੱਚ ਜਿੱਤ ਪ੍ਰਾਪਤ ਹੋ ਸਕਦੀ ਆ। ਜੇ ਦੂਜੇ ਪਾਸੇ ਆਮ ਆਦਮੀ ਪਾਰਟੀ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਂਗੇ ਔਰ ਬਿਜਲੀ ਕੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੀ, ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਿਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ, ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ 'ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ, ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦਊਂਗਾ। ਕਾਂਗਰਸ ਨੇ ਗੱਠਜੋੜ ਕਰ ਲਿੱਤਾ ਔਰ ਗੱਠਜੋੜ ਤੋਂ ਬਾਅਦ ਇਹਨਾਂ ਦੀਆਂ ਸੀਟਾਂ ਜਿਹੜੀਆਂ ਮਤਲਬ ਵੋਟਾਂ ਜਿਹੜੀਆਂ ਵੱਧ ਕੇ 20 ਹੋ ਗਈਆਂ, ਜਦਕਿ ਦੂਜੇ ਪਾਸੇ ਜਿਹੜਾ ਬੀਜੇਪੀ ਹੈ ਉਹਨਾਂ ਕੋਲ 15 ਹੈਗੀਆਂ। ਪਰ ਲਗਾਤਾਰ ਇੱਥੇ ਜਦੋਜਹਿਦ ਜਿਹੜੀ ਆ ਇਲੈਕਸ਼ਨ ਨੂੰ ਲੈ ਕੇ ਜਾਰੀ ਆ। ਅੱਜ ਵੀ ਕਾਫੀ ਹੱਲੋ ਹੱਲਾ ਮਚਿਆ, ਕਾਫੀ ਆਪਸ 'ਚ ਖਿੱਚਤਾਣ ਹੋਈ, ਕਈ ਬੰਦੇ ਘਾਇਲ ਵੀ ਹੋਏ ਆ। ਸਾਡੇ ਨਾਲ ਮਨੀਸ਼ ਬੰਸਲ ਜੀ ਆ, ਮਨੀਸ਼ ਬੰਸਲ ਜੀ ਕਾਂਗਰਸੀ ਲੀਡਰ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹ ਸ਼ੁਰੂ ਤੋਂ ਅੰਦਰ ਸੀਗੇ, ਕੀ ਗੱਲਬਾਤ ਹੋਈ ਸਰ, ਕੀ ਗੱਲਬਾਤ ਹੋਈ? ਦੇਖੋ ਜੀ, ਅੱਜ ਜੋ ਚੰਡੀਗੜ੍ਹ ਵਿੱਚ ਹੋਇਆ ਹੈ, ਮੈਂ ਕਹਿ ਸਕਦਾ ਹਾਂ ਕਿ ਸ਼ਾਇਦ ਚੰਡੀਗੜ੍ਹ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਕਦੇ ਵੀ ਕੋਈ ਇੰਸੀਡੈਂਟ ਨਹੀਂ ਹੋਇਆ। ਇੱਕ ਕਾਉਂਸਲਰ ਆਪਦਾ ਨੋਮੀਨੇਸ਼ਨ ਉਹਨੇ ਭਰਿਆ ਇੱਕ ਪੋਸਟ ਲਈ ਜੀ, ਜਿਹੀ ਮਰਜ਼ੀ ਪਾਰਟੀ ਦਾ ਹੋਵੇ, ਮੈਂ ਇੱਕ ਫੈਕਚੁਅਲ ਗੱਲ ਕਰ ਰਿਹਾ, ਹੀ ਕਮਸ ਟੂ ਵਿਦਡਰੋ, ਉਹਨੂੰ ਵਿਦਡਰੋ ਨਹੀਂ ਤੁਸੀਂ ਕਰਨ ਦੇ ਰਹੇ। ਉਹ ਕਹਿ ਰਿਹਾ ਕਿ ਮੈਂ ਆਪਦੇ ਲੀਡਰ 'ਤੇ ਕਰੇ ਜਾਣਾ, ਉਹਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਅਤੇ 3-4 ਘੰਟੇ ਹੋ ਚੁੱਕੇ ਨੇ, 4 ਵਜੇ ਤੋਂ ਲੈ ਕੇ ਹੁਣ 8:15 ਹੋ ਗਏ ਨੇ, ਪੁਲਿਸ ਵਾਲਿਆਂ ਨੇ ਨਾ ਸਾਨੂੰ ਉਹਨੂੰ ਮਿਲਣ ਦਿੱਤਾ। ਜਦੋਂ ਅਸੀਂ ਮਿਲਦੇ ਸੀ ਉਹਦਾ ਫੋਨ ਉਸ ਤੋਂ ਲੈ ਲਿਆ, ਉਹਦਾ ਫੋਨ ਸਵਿਚ ਆਫ ਆਉਂਦਾ ਸੀਗਾ। ਮਤਲਬ ਮੈਂ ਕਹਿਣਾ ਚਾਹੁੰਦਾ ਕਿ ਇੱਕ ਇਲੈਕਟਿਡ ਕਾਉਂਸਲਰ ਜੋ ਰਿਪ੍ਰਜੈਂਟ ਕਰਦਾ ਲੋਕਾਂ ਨੂੰ, ਉਹਨੇ ਆਪਦੀ ਇੱਕ ਵਿਸ਼ ਐਕਸਪ੍ਰੈਸ ਕੀਤੀ, ਡਿਜ਼ਾਇਰ ਕੀਤੀ ਕਿ ਮੈਂ ਇੱਕ ਇਲੈਕਸ਼ਨ ਨਹੀਂ ਲੜਨਾ ਅਤੇ ਮੈਂ ਆਪਦੀ ਲੀਡਰਸ਼ਿਪ ਦੇ ਨਾਲ ਆਪਦੀ ਪਾਰਟੀ ਦੇ ਲੋਕਾਂ ਨਾਲ ਉਹਨਾਂ ਨਾਲ ਜਾਣਾ ਚਾਹੁੰਦਾ। ਉਹਨੂੰ ਜਾਣ ਤੋਂ ਵੀ ਰੋਕਾ, ਅਸੀਂ ਦੇਖਿਆ ਅੱਜ ਕਿਵੇਂ ਉਹਨੂੰ ਰੋਕਿਆ ਗਿਆ, ਉਹਨੂੰ ਜਾਣ ਨਹੀਂ ਦਿੱਤਾ ਗਿਆ। ਅਤੇ ਸਭ ਤੋਂ ਵੱਡੀ ਗੱਲ ਇਹ ਕਿ ਕਿਵੇਂ ਪਤਾ ਲੱਗਿਆ ਬੀਜੇਪੀ ਵਾਲਿਆਂ ਨੂੰ, ਸਾਰਿਆਂ ਨੂੰ, ਕਿ ਅਸੀਂ ਇੱਥੇ ਹਾਂ, ਕਾਂਗਰਸ ਦਾ ਇੱਕ ਕਾਉਂਸਲਰ ਇੱਥੇ ਆ ਰਿਹਾ, ਆਪਦਾ ਪੇਪਰ ਵਿਦਡਰਾਅ ਕਰਨਾ ਚਾਹੁੰਦਾ ਹੈ। ਇੰਨੀ ਉਹਨਾਂ ਦੀ ਵੱਡੀ ਸੰਖਿਆ ਵਿੱਚ, ਉਹਨਾਂ ਦੇ ਨਾਲ ਉਹਨਾਂ ਦੇ ਹੋਰ ਲੋਕ ਵੀ ਸੀਗੇ। ਅਤੇ ਸਭ ਤੋਂ ਵੱਡੀ ਗੱਲ ਤਾਂ ਦੇਖਣ ਨੂੰ ਇਹ ਮਿਲੀ ਕਿ ਪੁਲਿਸ ਵਾਲਿਆਂ ਨੇ ਕਿਵੇਂ ਉਹਨੂੰ ਜਾਣ ਤੋਂ ਰੁਕਿਆ, ਉਹ ਜਾਣਾ ਚਾਹੁੰਦਾ ਸੀ, ਉਹ ਬਾਹਰ ਤੁਸੀਂ ਵੀਡੀਓਜ਼ ਦੇਖੋਗੇ, ਉਹ ਸਾਡੇ ਇੱਕ ਕਾਉਂਸਲਰ ਦਾ, ਸਚਿਨ ਗੱਲਵ ਕਾਉਂਸਲਰ ਦਾ ਹੱਥ ਫੜ ਕੇ ਬਾਹਰ ਆ ਰਿਹਾ ਸੀਗਾ ਆਫਿਸ 'ਚੋਂ, ਉਹਦੇ ਨਾਲ ਜਾ ਰਿਹਾ ਸੀਗਾ, ਉਹਨੂੰ ਰੋਕ ਲਿਆ, ਜਾਣ ਨਹੀਂ ਦਿੱਤਾ। ਦਿਸ ਇਜ਼ ਅ ਕੰਪਲੀਟ ਮਰਡਰ ਆਫ ਡੈਮੋਕ੍ਰੇਸੀ। ਇਹ ਚੰਡੀਗੜ੍ਹ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ। ਜਿਹੜਾ ਸਾਨੂੰ ਇਹ ਕਹਿ ਸਕਦੇ ਹਾਂ ਵੀ ਚੰਡੀਗੜ੍ਹ ਪੁਲਿਸ ਨੇ ਹੀ ਜਿਹੜਾ ਕਾਂਗਰਸ ਦਾ ਕੌਂਸਲਰ ਸੀਗਾ ਉਹਨੂੰ ਕਿਡਨੈਪ ਕਰ ਲਿਆ ਤਾਂ ਕਿ ਬੀਜੇਪੀ ਦੇ ਖੇਮੇ ਵਿੱਚ ਉਹਨੂੰ ਪਹੁੰਚਾਇਆ ਜਾ ਸਕੇ। ਉਹਨਾਂ ਦੇ ਐਕਸ਼ਨਸ ਇਹੀ ਬਿਆਨ ਕਰਦੇ ਨੇ, ਜੋ ਕੰਮ ਉਹਨਾਂ ਨੇ ਅੱਜ ਕੀਤਾ, ਜਿਵੇਂ ਉਹਨੂੰ ਅੰਦਰ ਫੜ ਕੇ ਰੱਖਿਆ, ਸਾਨੂੰ ਜਾਣ ਨਹੀਂ ਦਿੱਤਾ, ਕਿਸੇ ਨੂੰ ਮਿਲਣ ਨਹੀਂ ਦਿੱਤਾ। ਸਭ ਤੋਂ ਵੱਡੀ ਗੱਲ ਹੈ, ਬੰਦਾ ਆਪ ਕਹਿ ਰਿਹਾ ਫੋਨ ਦੇ, ਫੋਨ ਕਰਕੇ ਵਾਰੀ ਵਾਰੀ ਉਹ ਕਹਿ ਰਿਹਾ ਕਿ ਮੈਨੂੰ ਇੱਥੋਂ ਲੈ ਕੇ ਜਾਓ, ਮੈਂ ਆਪਦੀ ਲੀਡਰਸ਼ਿਪ ਦੇ ਘਰੇ ਜਾਣਾ, ਮੈਂ ਤੁਹਾਡੇ ਨਾਲ ਜਾਣਾ, ਉਹਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸੀਗਾ। ਅਤੇ ਪੁਲਿਸ ਨੇ ਇਨਸਿਸਟ ਕੀਤਾ, ਹੁਣ ਜਦ ਪਤਾ ਲੱਗਿਆ ਕਿ ਅਸੀਂ ਤੈਨੂੰ ਤੇਰੇ ਘਰੇ ਛੱਡਾਂਗੇ, ਅਤੇ ਸਾਰਿਆਂ ਨੂੰ ਕਹਿ ਕੇ ਗਏ ਨੇ ਕਿ ਉਹਦੇ ਘਰੇ ਕੋਈ ਨਹੀਂ ਪਹੁੰਚੇਗਾ। ਕਦੇ ਹੋਇਆ ਇਸ ਤਰ੍ਹਾਂ ਚੰਡੀਗੜ੍ਹ 'ਚ? ਮਤਲਬ ਬੀਜੇਪੀ ਉਹ ਕਿਤੇ ਵਾਂਟਿਡ ਆ, ਕਿਸੇ ਕੇਸ 'ਚ ਵਾਂਟਿਡ ਆ? ਕਦੇ ਹੋਇਆ ਇਸ ਤਰ੍ਹਾਂ? ਇੱਕ ਬੰਦਾ, ਨੋਰਮਲ ਇਲੈਕਸ਼ਨ ਹੈ ਮੇਅਰ ਦਾ, ਜੇ ਦੋ ਪਾਰਟੀਆਂ ਨੇ ਡਿਸਾਈਡ ਕਰ ਲਿਆ ਕੁਛ ਕਰਨ ਦਾ, ਬੀਜੇਪੀ ਤੋਂ ਗੱਲ ਸ਼ਾਇਦ ਬਰਦਾਸ਼ਤ ਨਹੀਂ ਹੋਈ। ਹਾਰ ਜਿਹੜੀ ਆ ਉਹ ਦਿਖ ਰਹੀ ਹੈ, ਬਿਲਕੁਲ ਅਪੈਰੈਂਟ ਹੈ। ਅਤੇ ਇਹਦੇ ਨਾਲ ਮੈਸੇਜ ਸ਼ਹਿਰ ਡੈਫੀਨੇਟਲੀ ਇਹ ਜਾਂਦਾ ਕਿ ਬੀਜੇਪੀ ਕਿਸ ਹਿਸਾਬ ਦੇ ਨਾਲ, ਮੈਂ ਕਹਿ ਸਕਦਾ, ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ ਕਿ ਅਸੀਂ ਜੋ ਮਰਜ਼ੀ ਹੋਵੇ ਲੋਕਾਂ ਨੂੰ ਡਰਾਈਏ, ਜੋ ਮਰਜ਼ੀ ਕਰੀਏ, ਪੁਲਿਸ ਇਜ਼ ਆਰਸ, ਪਾਵਰ ਇਜ਼ ਆਰਸ, ਮਾਈਟ ਇਜ਼ ਆਰਸ, ਅਸੀਂ ਆਪਦੇ ਹਿਸਾਬ ਨਾਲ ਕੰਮ ਹੋਣ ਦੇਵਾਂਗੇ, ਵਰਨਾ ਕਿਸੇ ਹੋਰ ਤਰੀਕੇ ਨਾਲ ਅਸੀਂ ਕੁਛ ਵੀ
ਨਹੀਂ ਹੋਣ ਦੇਵਾਂਗੇ, ਉਹਨਾਂ ਦਾ ਮੈਸੇਜ ਕਲੀਅਰ ਸੀਗਾ ਅਤੇ ਅਸੀਂ ਇਹਨੂੰ ਹੀ ਯੂਨਾਈਟਿਡਲੀ ਅੱਜ ਦਿਨ ਲੜਦੇ ਪਏ ਹਾਂ। ਅੱਛਾ ਸਰ ਬੰਸਾ, ਤੁਹਾਨੂੰ ਹੁਣ ਕਿੰਨੀ ਕੁ ਉਮੀਦ ਹੈ, ਕਿਉਂਕਿ ਦੇਖੋ ਉਹਨਾਂ ਨੂੰ ਪੁਲਿਸ ਲੈ ਗਈ ਆ ਔਰ ਇਹ ਕਲੀਅਰ ਕੱਟ ਹੈ ਵੀ ਉਹਨਾਂ ਨੂੰ ਬੀਜੇਪੀ ਦੇ ਖੇਮੇ ਵਿੱਚ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ, ਉਹਨਾਂ ਨਾਲ ਮੁਲਾਕਾਤ ਕਰਾਈ ਜਾਏਗੀ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਤੋੜਨ, ਤੁਹਾਨੂੰ ਹਾਲੇ ਕਿੰਨੀ ਕੁ ਉਮੀਦ ਹੈ ਕਿ ਉਹ ਕੌਂਸਲਰ ਜਿਹੜਾ ਹੈ ਹੁਣ ਵੀ ਤੁਹਾਡੇ ਨਾਲ ਖੜਾ ਰਹੇਗਾ, ਜਿਸ ਦਿਨ ਵੋਟਿੰਗ ਪਏਗੀ ਉਹ ਤੁਹਾਡੇ ਹੱਕ 'ਚ ਵੋਟ ਕਰੇਗਾ? ਉਸ ਪੂਰਾ ਸਾਡੇ ਨਾਲ ਹੈ ਜੀ, ਪਾਰਟੀ ਦਾ ਸਾਡਾ ਇੱਕ ਬਹੁਤ ਹੀ ਪੁਰਾਣਾ ਇਮਾਨਦਾਰ ਓਨੈਸਟ ਲੀਡਰ ਅਤੇ ਵਰਕਰ ਹੈ, ਉਹ ਹੀ ਇਜ਼ ਕਮਿਟਿਡ ਟੂ ਪਾਰਟੀ ਵਿਦ ਐਵਰੀ ਵਨ। ਉਹਨੇ ਮੈਨੂੰ ਆਪ ਕਿਹਾ, ਆਪ ਜਦੋਂ ਮੈਨੂੰ ਮਿਲਿਆ ਕਿ ਆਈ ਐਮ ਵਿਦ ਕਾਂਗਰਸ, ਮੈਂ ਤੁਹਾਡੇ ਨਾਲ, ਕਿ ਮੈਂ ਆਪਦੇ ਨਾਲ, ਆਪਦੀ ਪਾਰਟੀ ਦੇ ਨਾਲ ਹੈ, ਮੇਰਾ ਮਤਲਬ ਹੀ ਨਹੀਂ ਕਿਸੇ ਦੇ ਹੋਰ ਨਾਲ ਜਾਣ ਦਾ, ਇਹ ਸਿਰਫ ਇਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ 'ਤੇ ਦਬਾਅ ਪਾਉਣ ਦੀ, ਕੀ ਕੀਤਾ ਨਹੀਂ ਕੀਤਾ ਦੈਟਸ ਫੋਰ ਯੂ ਟੂ ਫਾਈਂਡ ਆਊਟ ਜੀ, ਤੁਸੀਂ ਪਤਾ ਕਰ ਸਕਦੇ ਹੋ। ਲੇਕਿਨ ਉਹ ਪੂਰਾ ਕਾਂਗਰਸ ਦੇ ਨਾਲ, ਜਿਵੇਂ ਹਮੇਸ਼ਾ ਉਹ ਪਾਰਟੀ ਦਾ ਇੱਕ ਸਿਪਾਹੀ ਬਣ ਕੇ ਰਿਹਾ, ਉਹ ਅੱਜ ਵੀ ਖੜ੍ਹਾ ਅਤੇ ਉਹ ਪੂਰਾ ਪਾਰਟੀ ਦੇ ਨਾਲ ਹੀ ਹੈ 100%। ਅੱਛਾ, ਅਗਲਾ ਕੋਰਸ ਆਫ ਐਕਸ਼ਨ ਪਾਰਟੀ ਦਾ ਜਾਂ ਤੁਹਾਡਾ ਕੀ ਰਹੇਗਾ? ਉਹ ਦੇਖਦੇ ਹਾਂ ਜੀ, ਹਲੇ ਹਾਊ ਥਿੰਗਸ ਅਨਫੋਲਡ ਇਨ ਦ ਨਾਈਟ, ਦੇਖਦੇ ਹਾਂ ਕੀ ਹੁੰਦਾ। ਬਟ ਅਸੀਂ ਇਹੀ ਦਰਖਾਸਤ ਕਰਨਾ ਚਾਹੁੰਦੇ ਹਾਂ ਕਿ ਬੀਜੇਪੀ ਸਰਕਾਰ ਇਹ ਗੱਲ ਨੂੰ ਦੇਖੇ, ਤੁਸੀਂ ਇਲੈਕਸ਼ਨਸ ਦੇ ਸਿਸਟਮ ਨੂੰ ਇੰਨਾ ਨਾ ਵਿਗਾੜੋ, ਸਤਰ ਨੂੰ ਇੰਨਾ ਨਾ ਗਿਰਾਓ, ਤਾਂ ਕਿ ਜੇ ਇਹ ਇਲੈਕਸ਼ਨ ਹਰ ਸਾਲ ਹੁੰਦਾ, ਇਹ ਕੋਈ ਹੈ ਤਾਂ ਹੈ ਨਹੀਂ ਕਿ 5 ਸਾਲ ਬਾਅਦ ਹੋਣਾ, ਤੁਸੀਂ ਕੀ ਪ੍ਰੂਫ ਕਰਨਾ ਚਾਹੁੰਦੇ ਹੋ, ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ? ਲੋਕ ਕੀ ਦੇਖ ਨਹੀਂ ਰਹੇ? ਅੱਜ ਸਾਰੇ ਪਾਸੇ, ਮੈਂ ਤਾਂ ਲੇਟ ਪਹੁੰਚਿਆ, ਜਦੋਂ ਮੈਂ ਪਹੁੰਚਿਆ ਸਾਰੇ ਪਾਸੇ ਇਹੀ ਗੱਲ ਸੀ, ਇਹ ਬੀਜੇਪੀ ਕਰਾ ਰਹੀ ਹੈ, ਬੀਜੇਪੀ ਕਰਾ ਰਹੀ ਹੈ, ਇਟਸ ਅ ਪਰਸੈਪਸ਼ਨ। ਉਹ ਟਰੈਵਲ ਕਰ ਗਈ, ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਇਹਦੇ ਨਾਲ। ਬਟ ਇਹਨਾਂ ਨੂੰ ਗੱਲ ਸਮਝਣੀ ਚਾਹੀਦੀ ਹੈ, ਇੱਕ ਡੈਮੋਕ੍ਰੈਟਿਕ ਵੇਜ ਬੰਦਾ ਇਲੈਕਟਿਡ ਹੈ, ਉਹ ਆਇਆ ਹੈ ਵਿਦਡਰਾਅ ਕਰਨ, ਕਰਨ ਦੋ ਉਹਨੂੰ, ਖਤਮ ਗੱਲ, ਉਹਦੀ ਮਰਜ਼ੀ। ਵੋਟ ਤਾਂ ਸੀਕਰਟ ਬੈਲਟ ਦੇ ਥਰੂ ਹੈ ਨਾ, ਬਿਲਕੁਲ, ਯੂ ਲੀਵ ਇਟ ਟੂ ਪੀਪਲ। ਚਲੋ, ਥੈਂਕ ਯੂ। ਇਹ ਮਨੀਸ਼ ਬਾਂਸਲ ਜੀ ਸੀ, ਕਾਂਗਰਸ ਦੇ ਲੀਡਰ ਹੈਗੇ ਆ, ਔਰ ਉਹਨਾਂ ਦਾ ਕਹਿਣਾ ਹੈ ਵੀ ਕਾਂਗਰਸ ਦਾ ਜਿਹੜਾ ਮੇਅਰ ਦਾ ਕੈਂਡੀਡੇਟ ਸੀਗਾ ਕਾਰਪੋਰੇਸ਼ਨ ਵਿੱਚ, ਉਹ ਆਪਣਾ ਜਿਹੜਾ ਇਲੈਕਸ਼ਨ ਵਿਦਡਰਾਅ ਕਰਨਾ ਚਾਹੁੰਦਾ ਸੀ, ਜਿਹੜਾ ਨੋਮੀਨੇਸ਼ਨ ਪੇਪਰ ਸੀਗਾ ਉਹ ਵਿਦਡਰਾਅ ਕਰਨਾ ਚਾਹੁੰਦਾ ਸੀਗਾ, ਉਹਨੂੰ ਨਾ ਤਾਂ ਉਹ ਵਿਦਡਰਾਅ ਕਰਨ ਦਿੱਤਾ ਗਿਆ, ਦੂਜੀ ਗੱਲ ਉਹ ਇਹ ਹੈ ਵੀ ਉਹ ਆਪਣੇ ਘਰ ਜਾਣਾ ਚਾਹੁੰਦਾ ਸੀ ਜਾਂ ਕਾਂਗਰਸ ਲੀਡਰਾਂ ਦੇ ਨਾਲ ਜਾਣਾ ਚਾਹੁੰਦਾ ਸੀਗਾ, ਪਰ ਚੰਡੀਗੜ੍ਹ ਪੁਲਿਸ ਉਹਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ। ਹਾਲਾਂਕਿ ਚੰਡੀਗੜ੍ਹ ਪੁਲਿਸ ਕੋਲ ਕੋਈ ਉਹ ਵਾਂਟਿਡ ਨਹੀਂ ਸੀਗਾ, ਕੋਈ ਕੇਸ ਦਰਜ ਨਹੀਂ ਸੀਗਾ, ਫਿਰ ਵੀ ਚੰਡੀਗੜ੍ਹ ਪੁਲਿਸ ਉਹਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਈ ਆ। ਔਰ ਕਾਂਗਰਸ ਦਾ ਕਹਿਣਾ ਇਹ ਸਿਰਫ ਬੀਜੇਪੀ ਦੇ ਜਿਹੜੇ ਹਥਕੰਡੇ ਆ ਉਹਨਾਂ ਦੇ ਤਹਿਤ ਹੀ ਪੁਲਿਸ ਜਿਹੜੀ ਆ ਉਹ ਖੇਲ ਰਹੀ ਆ, ਔਰ ਪੁਲਿਸ ਇੱਕ ਤਰ੍ਹਾਂ ਦੇ ਨਾਲ ਇਸ ਮਾਮਲੇ ਵਿੱਚ ਬੀਜੇਪੀ ਦੀ ਹੈਲਪ ਕਰ ਰਹੀ ਆ। ਮੈਂ ਦਿਨੇਸ਼ ਕੋਲ, ਕੈਮਰਾਮੈਨ ਸੁਮਿਤ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ।